ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਮੈਂ ਤੁਹਾਨੂੰ ਇਹ ਲੈਸਨ ਸ਼ੁਰੂ ਕਰਨ ਤੋਂ ਪਹਿਲਾਂ ਦੱਸਣਾ ਸੀ ਕਿ ਮੈਂ ਇਹ ਛੋਟੀਆਂ ਮਤਲਬ ਕਿ ਮੈਂ ਇੱਕ ਵੀਡੀਓ ਵਿੱਚ 5-6 ਲੈਸਨ ਕੰਪਲੀਟ ਕਰ ਸਕਦੀ ਹਾਂ, ਬਟ ਮੈਂ ਤਾਂ ਨਹੀਂ ਕਰ ਰਹੀ। ਵੀਡੀਓ ਕਾਫੀ ਵੱਡੀ ਬਣ ਜਾਂਦੀ ਹੈ, ਅਪਲੋਡ ਨਹੀਂ ਹੁੰਦੀ ਜਲਦੀ, ਇਸ ਲਈ ਮੈਂ ਇੱਕ ਇੱਕ ਲੈਸਨ ਅਪਲੋਡ ਕਰ ਰਹੀ ਹਾਂ। ਆਈ ਹੋਪ ਤੁਸੀਂ ਅੰਡਰਸਟੈਂਡ ਕਰੋਗੇ ਅਗਰ ਮੈਂ ਇੱਕ ਵੀਡੀਓ ਵਿੱਚ 8-8 ਲੈਸਨ ਕੰਪਲੀਟ ਕਰ ਦੂੰ। ਵੀਡੀਓ ਕਾਫੀ ਵੱਡੀ ਹੋ ਜਾਂਦੀ ਹੈ, ਅਪਲੋਡ ਨਹੀਂ ਹੁੰਦੀ ਹੈਗੀ, ਅਤੇ ਇਸ ਲਈ ਮੈਂ ਇੱਕ ਇੱਕ ਲੈਸਨ ਕਰ ਰਹੀ ਹਾਂ। ਅਤੇ ਚਲੋ ਹੁਣ ਆਪਾਂ ਪਹਿਲੇ ਚੈਪਟਰ ਦਾ ਹੀ ਇਹ ਲੈਸਨ ਕਰ ਰਹੇ ਹਾਂ, ਪਾਰਤੀ ਦਿਲ ਕਰੇ ਜਾਤਾ। ਚਲੋ ਹੁਣ ਆਪਾਂ ਇਹਦੇ ਦਿਮਾਗੇ ਸਟਾਰਟ ਕਰਦੇ ਹਾਂ। ਇਹਦੇ ਵਿੱਚ ਮੈਂ ਤੁਹਾਨੂੰ ਟ੍ਰਿਕ ਵੀ ਦੱਸੂੰਗੀ ਇਹ ਵਾਲੇ ਲੈਸਨ 'ਚ। ਆਪਾਂ ਹੁਣ ਲੈਸਨ ਵਾਈਜ਼ ਕਰ ਰਹੇ ਹਾਂ, ਫਸਟ ਚੈਪਟਰ ਸਟਾਰਟ ਕਰ ਦਿੱਤਾ ਹੋਇਆ ਆਪਾਂ, ਔਰ ਜਿਹਦੇ ਵਿੱਚ ਟ੍ਰਿਕ ਹੋਣਗੇ ਤੁਹਾਨੂੰ ਟ੍ਰਿਕ ਵੀ ਦੱਸੇ ਜਾਣਗੇ। ਚਲੋ ਆਪਾਂ ਲੈਸਨ ਸਟਾਰਟ ਕਰਦੇ ਹਾਂ। ਹਾਂਜੀ, ਪਹਿਲਾਂ ਤਾਂ ਮੰਦਾ ਦੇਖੋ, ਫਾਨੂੰ ਭਾਰਤੀ ਦਿਲ ਕਰੇ ਜਾਤਾ, ਲੈ ਕੁਰਸੀਏ ਦੀ ਮਾਰ ਜਾ। ਸਾਨੂੰ ਭਾਰਤੀ ਹਿੱਸਾ ਆ, ਪਾਰਟ ਹੈ ਕਿ ਹਿੱਸਾ ਕਰੇ ਜਾਂਦਾ, ਕੁਰਸੀਏ ਦੀ ਮਰਜ਼ਾ, ਕੁਰਸੀਏ ਦੀ ਮਰਜ਼ਾ ਕਰੇ ਜਾਂਦਾ ਹਿੱਸਾ ਆ, ਮਤਲਬ ਕੁਰਸੀਏ ਦੀ ਮਰਜ਼ਾ ਨਾ ਵੀਰੋ। ਕਰੇ ਜਾਂਦਾ ਵਿੱਚ ਕੁਰਸੀਏ ਹੁੰਦੇ ਆ, ਕੁਰਸੀਏ ਦੀ ਮਰਜ਼ਾ ਵੀਰੋ। ਜਿਹੜੇ ਤੁਹਾਨੂੰ ਹੁਣ ਮੈਂ ਟ੍ਰਿਕ ਦੱਸਣ ਲੱਗੀ ਹਾਂ, ਉਹ ਟ੍ਰਿਕ ਇਹ ਆ ਕਿ ਤੁਸੀਂ ਕੁਰਸੀਏ ਦੀ ਮਰਜ਼ਾ ਦੇਖ ਕੇ ਵੀਰੋ ਕਰਨਾ ਆ। ਸੈਕਿੰਡ, ਤੁਸੀਂ ਇਤਰਾ ਵਰਸਾ ਮਿਹਨਤੀ ਦੇਖ ਕੇ ਵੀਰੋ ਕਰਨਾ ਆ, ਠੀਕ ਆ। ਥਰਡ, ਤੁਸੀਂ ਕੁਰਸੀਏ ਦੀ ਸੁਰਪਾਸੋਂ ਦੇਖ ਕੇ ਵੀਰੋ ਕਰਨਾ, ਠੀਕ ਆ। ਇਹ ਤਿੰਨ ਗੱਲਾਂ ਤੁਸੀਂ ਯਾਦ ਰੱਖਣੀਆਂ ਆ, ਜਿੱਥੇ ਤੁਹਾਨੂੰ ਦਮਾਂਦੇ ਆ ਗਏ ਫਾਨੂੰ ਭਾਰਤੀ ਕਰੇ ਜਾਤੇ ਵਾਲੇ ਦਮਾਂਦੇ ਆ ਗਏ ਨਾ, ਤੁਸੀਂ ਦੇਖਣਾ ਕੁਰਸੀਏ ਦੀ ਮਾਰਚਾ ਲਿਖਿਆ, ਕੁਰਸੀਏ ਦੀ ਸੁਰਪਾਸੋਂ ਲਿਖਿਆ, ਵੀਰੋ ਕਰ ਦੇਣਾ, ਅਤੇ ਇਤਰਾ ਵਰਸਾ ਮਿਹਨਤੀ ਲਿਖਿਆ ਅਤੇ ਵੀਰੋ ਕਰ ਦੇਣਾ, ਠੀਕ ਆ। ਚਾਰ ਦਮਾਂਦਿਆਂ ਵਿੱਚ ਦੇਖੋ, ਪਹਿਲੇ 'ਚ ਕੁਰਸੀਏ ਦੀ ਮਾਰਚਾ ਵੀਰੋ, ਦੂਜੇ 'ਚ ਇਤਰਾ ਵਰਸਾ ਮਿਹਨਤੀ ਆ ਗਿਆ ਵੀਰੋ, ਤੀਜੇ 'ਚ ਇਤਰਾ ਵਰਸਾ ਮਿਹਨਤੀ ਆ ਗਿਆ ਵੀਰੋ, ਚੌਥੇ ਵਿੱਚ ਕੁਰਸੀਏ ਦੀ ਸੁਰਪਾਸੋਂ ਆ ਗਿਆ ਵੀਰੋ, ਠੀਕ ਆ। ਇਹ ਤੁਸੀਂ ਤਿੰਨ ਗੱਲਾਂ ਯਾਦ 'ਚ ਰੱਖਿਓ, ਜਦੋਂ ਫਾਨੂੰ ਦਾ ਭਾਰਤੀ ਦਿਲਾ ਕਰੀ ਜਾਤਾ ਦੇ ਦਮਾਂਦੇ ਆ ਗਏ। ਅਤੇ ਪੰਜਵਾਂ ਦਮਾਂਦਾ ਦੇਖ ਲੈਂਦੇ ਹਾਂ, ਕਹਿੰਦੇ ਫਾਨੂੰ ਭਾਰਤੀ ਦਿਲਾ ਕਰੀ ਜਾਤਾ, ਕੁਰਸੀ ਦੀ ਐਮਰਜੈਂਸਾ, ਅਤੁਸਤਰਾ ਦੇ ਕਹਿੰਦੇ ਪਾਠ ਹੈ ਕਰੇ ਜਾਤਾ, ਕੁਰਸੀ ਦੀ ਐਮਰਜੈਂਸਾ ਦਾ ਫਾਲਸੂ, ਕੁਰਸੀ ਦੀ ਐਮਰਜੈਂਸਾ ਸਤਰਾਦਾ ਦਾ ਪਾਠ ਹੈ, ਨਾ ਕਿ ਕਰੇ ਜਾਤਾ ਦਾ। ਕਰੇ ਜਾਤਾ ਦੇ ਕੁਰਸੀ ਦੀ ਮਾਰਚਾ ਯਾਦ ਰੱਖਣਾ, ਨਾ ਕਿ ਕੁਰਸੀ ਦੀ ਐਮਰਜੈਂਸਾ, ਠੀਕ ਆ, ਫਾਲਸੂ ਆ। ਛੇਵਾਂ ਕਹਿੰਦੇ ਆ ਕਿ ਫਾਨੂੰ ਭਾਰਤੀ ਦਿਲਾ ਕਰੀ ਜਾਤਾ ਲਾ ਬੰਕੀ ਨੇ ਫਾਲਸੂ, ਕਰੀ ਜਾਤਾ ਕਹਿੰਦੇ ਪਾਠਕ ਬੰਕੀ ਨੇ ਦਾ ਫਾਲਸੋ, ਬੰਕੀ ਨਾ ਨਹੀਂ ਹੁੰਦਾ, ਨਾ ਹੀ ਮਾਰਸ਼ਾ ਪੇਦੀ ਹੁੰਦਾ। ਸੱਤਵੇਂ 'ਚ ਉਹਨਾਂ ਲਿਖਤਾ ਮਾਰਸ਼ਾ ਪੇਦੀ, ਇਹ ਵੀ ਫਾਲਸੋ ਆ। ਫਾਨੂੰ ਭਾਰਤੀ ਦਿਲਾ ਕਰੀ ਜਾਤਾ, ਇਹ ਮਾਰਸ਼ਾ ਪੀਏ ਦੀ ਫਾਲਸੋ, ਠੀਕ ਆ, ਇਹ ਸੜਕ ਦੇ ਪਾਠਿਆ, ਨਾ ਕਿ ਕਰੇ ਜਾਤਾ ਦੇ। ਅਤੇ ਤੁਸੀਂ ਜਿਹੜੇ ਟ੍ਰਿਕ ਯਾਦ ਰੱਖਣੇ ਮੈਂ ਤੁਹਾਨੂੰ ਦੱਸਦੇ ਹੋਏ, ਕੁਰਸੀ ਦੀ ਮਾਰਚਾ, ਕੁਰਸੀ ਦੀ ਸੁਰਪਾਸੋ, ਅਤੇ ਇਤਰਾ ਵਰਸਾ ਮਿਹਨਤੀ, ਇਹ ਦੇਖ ਕੇ ਤੁਸੀਂ ਵੀਰੋ ਕਰ ਦੇਣਾ। ਅਤੇ ਤੁਹਾਨੂੰ ਮੈਂ ਇਹ ਦੱਸਣਾ ਸੀ ਕਿ ਕਰੇ ਜਾਤਾ ਵਿੱਚ ਪਿਸਤਾ ਚਿਕਲਾ ਬਿਲੇ ਨਹੀਂ ਹੁੰਦਾ, ਅਤਰਾ ਵਰਸਾ ਮਿਹਨਤੀ ਚਿਕਲਾ ਬਿਲੇ ਹੋ ਸਕਦਾ ਆ, ਠੀਕ ਆ। ਪਿਸਤਾ ਚਿਕਲਾ ਬਿਲੇ ਹੁੰਦਾ ਆ ਜਿੱਥੇ ਸਾਈਕਲ ਵਾਲਿਆਂ ਦਾ ਰਾਹ ਬਣਿਆ ਹੁੰਦਾ, ਸਾਈਕਲ ਵਾਲੇ ਆ ਜਾ ਸਕਦੇ ਆ, ਠੀਕ ਆ। ਜਿੱਦਾਂ ਗੱਡੀਆਂ, ਜਿੱਦਾਂ ਹੁਣ ਕੁਰਸੀਆਂ ਵਿੱਚ ਗੱਡੀਆਂ ਹੁੰਦੀਆਂ, ਪਿਸਤਾ ਚਿਕਲਾ ਬਿਲੇ ਦਾ ਮਤਲਬ ਹੈ ਕਿ ਉੱਥੇ ਸਾਈਕਲ ਵਾਲੇ ਆ ਜਾ ਸਕਦੇ ਆ, ਸਾਈਕਲ ਵਾਲਿਆਂ ਦਾ ਰਾਹ, ਠੀਕ ਆ। ਉਹ ਸੜਕ ਦਾ ਪਾਠ ਆ, ਨਾ ਕਿ ਕਰੇ ਜਾਤਾ ਦਾ ਪਾਠ ਆ। ਅਤਰਾ ਵਰਸਾ ਮਿਹਨਤੀ ਚਿਕਲਾ ਬਿਲੇ, ਅਤਰਾ ਵਰਸਾ ਮਿਹਨਤੀ ਹੁੰਦਾ ਕਰੋਸਿੰਗ, ਕਰੋਸਿੰਗ ਸਾਈਕਲ ਵਾਲਿਆਂ ਦੀ ਕਰੋਸਿੰਗ, ਅਤੇ ਅਤਰਾ ਵਰਸਾ ਮਿਹਨਤੀ ਪੈਦਲ ਵਾਲੇ, ਪੈਦਲ ਵਾਲਿਆਂ ਦੀ ਕਰੋਸਿੰਗ, ਠੀਕ ਆ। ਇਹ ਸਿਰਫ ਕਰੋਸਿੰਗ ਦੀ ਗੱਲ ਕੀਤੀ ਹੋਈ ਆ, ਕਰੇ ਜਾਤਾ 'ਚ ਅਤਰਾ ਵਰਸਾ ਮਿਹਨਤੀ ਦੇਖ ਕੇ ਤੁਸੀਂ ਵੀਰੋ ਕਰਨਾ, ਠੀਕ ਆ। ਅਤੇ ਪਿਸਤਾ ਚਿਕਲਾ ਬਿਲੇ ਜੇ ਅੱਜ ਵੀ ਤਾਂ ਫਾਲਸੋ ਕਰਨਾ, ਠੀਕ ਆ, ਕਰੇ ਜਾਤਾ, ਕਿਉਂਕਿ ਉਹ ਸਤਰਾਦਾ ਦਾ ਪਾਠ ਆ, ਨਾ ਕਿ ਕਰੇ ਜਾਤਾ ਦਾ। ਅਤੇ ਚਲੋ ਠੀਕ ਹੈ, ਹੁਣ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ, ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਜਲਦੀ ਕਰ ਦਿਓ। ਅਤੇ ਹੁਣ ਮੈਂ ਜਿਹੜੇ ਲੈਸਨਾਂ ਦੀ ਟ੍ਰਿਕ ਹੋਊਗੀ ਮੈਂ ਨਾਲ ਹੀ ਨਾਲ ਦੱਸੀ ਜਾਊਂਗੀ। ਚਲੋ ਠੀਕ ਹੈ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।